मोटरवे तो तुसी देखो उत्थे ओवर स्पीडिंग ते 7,500 जुर्माना हो गया। ਉਹੀ ਡਰਾਈਵਰ ਜਿਹੜਾ ਮੋਟਰਵੇ ਦੇ ਉੱਤੇ ਚਲਾਉਣ ਡਿਆ ਉਹ ਲੇਨ ਦੀ ਵੀ ਪਾਬੰਦੀ ਕਰਦਾ ਹੈ, ਦਰਮਿਆਨ ਵਾਲੀ ਲੇਨ 'ਚ ਰਹਿੰਦਾ ਹੈ, ਸੀਟ ਬੈਲਟ ਵੀ ਪਾਉਂਦਾ, ਉਹ ਜਦੋਂ ਮੋਟਰਵੇ ਤੋਂ ਉਤਰਦਾ ਉਹ ਸਭ ਤੋਂ ਪਹਿਲੇ ਸੀਟ ਬੈਲਟ ਖੋਲਦਾ ਅਤੇ ਉਹ ਲੇਨ ਦੀ ਵਾਇਲੇਸ਼ਨ ਸ਼ੁਰੂ। ਹਾਲਾਂਕਿ ਅਸੀਂ ਵੇਖਣਾ ਚਾਹੀਦਾ ਕਿ ਜੁਰਮਾਨੇ ਦੀ ਵਜ੍ਹਾ ਤੋਂ ਨਹੀਂ, ਆਪਣੀ ਸੇਫਟੀ ਵਾਸਤੇ ਗੱਡੀ ਨੂੰ ਬਿਹਤਰ ਚਲਾਈਏ। ਕੋਈ ਭਾਰ ਨਹੀਂ ਸਰ ਜੀ, ਸਾਨੂੰ ਅਸੀਂ ਅੱਲਾਹ ਤੋਂ ਆਪਣੇ ਟੈਪ ਸਿਸਟਮ ਜਿਹੜੀ ਰਾਤ ਕਵਰ 'ਚ ਆਉਣੀ ਉਹ ਬਾਹਰ ਨਹੀਂ ਆਉਣੀ, ਸਾਡਾ ਇਹ ਨਜ਼ਰੀਆ ਵਾ। ਨਹੀਂ ਲੇਕਿਨ ਉਹ ਉਹਦੇ 'ਚ ਜਿਹੜਾ ਨਾ ਟ੍ਰੈਫਿਕ ਐਜੂਕੇਸ਼ਨ ਸਿਲੇਬਸ 'ਚ ਕੁਛ ਚੀਜ਼ਾਂ ਸ਼ਾਮਿਲ ਹੋਣ। ਸਰ ਤੁਸੀਂ ਇੱਕ ਦਿਨ ਕਰਨ ਨਾਲ ਇੱਕ ਦਿਨ ਲਈ ਤੁਸੀਂ ਮੈਨੂੰ ਨਹੀਂ ਬਣਾ ਸਕਦੇ ਜ਼ਰਾ ਫੈਸਲਾਬਾਦ ਦਾ ਜ਼ਰਾ ਸਰ, ਮੈਨੂੰ ਸਾਰੇ ਇਖਤਿਆਰ ਦੇ ਦਿਓ, ਮੈਂ ਵੇਖਣ ਇਹਨਾਂ ਦਾ ਹੱਲ ਕੀ ਕਰਨਾ। ਮੈਨੂੰ ਲੱਖ ਲੱਖ ਰੁਪਏ ਜੁਰਮਾਨਾ ਕਰਨਾ, ਇਹ ਮੋਟਰਸਾਈਕਲ ਵੇਚ ਕੇ ਉਹਦੇ 'ਚ ਹੋਰ 30,000 ਪਾ ਕੇ ਜੁਰਮਾਨਾ ਦੇ। ਤੁਹਾਨੂੰ ਪਤਾ ਦੁਬਈ ਦੇ ਵਿੱਚ ਇਸ ਤਰ੍ਹਾਂ ਹੀ ਸਰ, ਸਾਡੇ ਇੱਥੇ ਕੋਈ ਚੱਕਰ ਨਹੀਂ, ਸਾਡੇ ਇੱਥੇ ਮੌਜ ਵੀ ਇਹਨੂੰ ਤੁਸੀਂ ਕਹਿ ਸਕਦੇ ਹੋ, ਲੇਕਿਨ ਸਰ ਇਸ ਇੱਥੇ ਸਾਡੀ ਜਾਨ ਵੀ ਹਥੇਲੀ 'ਤੇ ਵੀ ਕਹਿ ਸਕਦੇ ਸਾਡੇ। ਸਰ ਇਹ ਵੀ ਹੈ ਨਾ ਕਿ ਉਹਨਾਂ ਨੂੰ ਦੱਸਿਆ ਵੀ ਤਾਂ ਨਾ ਜਾਂਦਾ ਕਿਸੇ ਸਿਲੇਬਸ 'ਚ ਨਹੀਂ ਕਿਸੇ ਜਗ੍ਹਾ 'ਤੇ, ਸਾਰਿਆਂ ਨੂੰ ਪਤਾ ਸਰ, ਸਾਰੇ ਮੈਨੂੰ ਨਹੀਂ ਪਤਾ ਕਿ ਯਾਰ ਵਗੈਰਾ ਦੇਖੋ, ਮੈਨੂੰ ਨਹੀਂ ਪਤਾ ਕਿ ਆ ਰੋਡ ਸਿਰਫ ਜਾਣ ਵਾਲਾ ਵਾ ਜੀ, ਅਤੇ ਮੈਂ ਉਧਰੋਂ ਆਉਣਾ ਨਹੀਂ, ਲੇਕਿਨ ਮੈਨੂੰ ਪਤਾ ਸ਼ਾਰਟਕੱਟ, ਹੁਣ ਮੈਨੂੰ ਇਹ ਕਿਸੇ ਨੇ ਦੱਸਣਾ ਤਾਂ ਨਹੀਂ, ਮੈਨੂੰ ਪਤਾ, ਲੇਕਿਨ ਮੈਂ ਫਿਰ ਆ ਰਿਹਾ, ਇਹੀ ਤਾਂ ਕਹਿ ਰਿਹਾ ਇਹ ਕਿੱਦਾਂ ਸਿੱਧਾ ਕਰੋਗੇ ਨਾਦਰੀਆਂ ਦਾ, ਸਾਡਾ ਦਿਮਾਗ ਖਰਾਬ ਹੋ ਜਾਣਾ, ਇਹਦਾ ਹੱਲ ਨਹੀਂ ਹੋਣਾ ਚਾਹੀਦਾ, ਇਹ ਅੱਲਾ ਹੀ ਆ ਕੋਈ ਕਰਮ ਕਰੇ। ਅੱਛਾ ਸਰ, ਮੇਰੇ ਕੋਲ ਲਾਇਸੈਂਸ ਹੈਗਾ, ਅੱਛਾ ਪਹਿਲਾਂ ਤਾਂ ਮੈਨੂੰ ਇੰਟਰਨੈਸ਼ਨਲ ਕਰ ਦਿਓ, ਮਿਹਰਬਾਨੀ ਕਰੋ ਜੀ, ਠੀਕ ਲੀਗਲ ਅੱਛੇ ਤਰੀਕੇ ਨਾਲ, ਮਤਲਬ ਕੋਈ ਸਿਫਾਰਿਸ਼ ਨਹੀਂ, ਜਿੱਦਾਂ ਵੀ ਪ੍ਰੋਸੀਜਰ ਹੈ ਨਾ ਉਹ ਮੈਂ ਕਰਦਾ। ਨਹੀਂ ਉਹ ਤੇ ਉਹਦੇ 'ਚ ਰਾਈਟ ਹੈ, ਮਤਲਬ ਅਗਰ ਤੁਹਾਡੇ ਕੋਲ ਵੀਜ਼ਾ ਹੈ ਤੇ ਨਾਲ ਉਹ ਬਾਹਰ ਜਾਣ ਦਾ ਸਬੂਤ ਹੈ ਤੇ ਤੁਸੀਂ ਉਹਨਾਂ ਦੀ ਕਰਾ ਸਕਦੇ ਹੋ। ਲੋ ਡਨ ਸਰ, ਉਹ ਸਿਰਫ ਤੁਸੀਂ ਕੰਨੀ ਨੁਕਸਾਨ ਹੋ ਗਿਆ ਤੇ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ, 302 ਆ ਉਹ ਕਤਲ ਗਿਣਿਆ ਜਾਏਗਾ, ਹਾਦਸਾ ਨਹੀਂ ਗਿਣਿਆ ਜਾਏਗਾ। ਬਿਲਕੁਲ, ਅਗਰ ਤੁਹਾਡੇ ਕੋਲ ਲਾਇਸੈਂਸ ਹੈਗਾ ਫਿਰ ਹਾਦਸਾ ਗਿਣੇ, ਫਿਰ ਉਹ ਹਾਦਸਾ ਗਿਣਿਆ ਜਾਏਗਾ, ਉਹਦੇ 'ਚ ਬੱਚਤ ਹੋ ਸਕਦੀ, ਉਹ ਇੱਕ ਐਕਸੀਡੈਂਟ ਗਿਣਿਆ ਜਾਏਗਾ। ਲੇਕਿਨ ਅਗਰ ਤੁਸੀਂ ਜਾਣ ਬੁੱਝ ਕੇ ਬਗੈਰ ਲਾਇਸੈਂਸ ਤੋਂ ਕਿਸੇ ਬੰਦੇ ਨਾਲ ਕੋਈ ਨੇਕੀ ਕਰਤੀ ਤਾਂ ਉਹ ਮਰਡਰ ਗਿਣਿਆ ਜਾਏਗਾ, ਕਿ ਜਾਣ ਕੇ ਤਾਂ ਇਹ ਜ਼ਿਹਨ 'ਚ ਰੱਖਣਾ, ਜਿਹੜੇ ਬੰਦੇ ਕਾਰ ਚਲਾ ਰਹੇ ਨੇ ਲਾਇਸੈਂਸ ਨਹੀਂ ਹੈਗਾ, ਕੋਈ ਪਤਾ ਨਹੀਂ ਹੁੰਦਾ। ਅੱਛਾ ਸਰ, ਲਾਇਸੈਂਸ ਲੈ ਲਿਆ, ਸਾਰਾ ਕੁਝ ਲੈ ਲਿਆ, ਮੇਰੇ ਕੋਲ ਗੱਡੀ ਦੀ ਕਾਪੀ ਹੈਗੀ, ਜਿਹੜੀ ਲਾਈਨਿੰਗ ਦਾ ਅਸੀਂ ਕੋਈ ਹਿਸਾਬ ਨਹੀਂ ਲੱਗਦੇ, ਆ ਕੇ ਠੱਕ ਕੁ ਸਾਡੇ 'ਚ ਵੱਜੇ, ਮੇਰਾ ਲਾਇਸੈਂਸ ਉੱਥੇ ਕੀ ਕਰ ਲਏਗਾ? ਲਾਈਨਿੰਗ ਸਰ ਉਹ ਇਹੀ ਇੱਥੇ ਮਸਲਾ ਹੈ ਨਾ ਕਿ ਸਾਡੇ ਸਿਲੇਬਸ ਵਿੱਚ ਜਾਂ ਕਿਸੇ ਜਗ੍ਹਾ ਵੀ ਟ੍ਰੈਫਿਕ ਐਜੂਕੇਸ਼ਨ, ਇੱਕ ਬੰਦਾ ਬਹੁਤ ਅੱਛੀ ਗੱਡੀ ਚਲਾ ਰਿਹਾ ਨਾ, ਉਹਦੇ ਸਾਹਮਣੇ ਵੀ ਤੁਸੀਂ 10 ਇਸ਼ਾਰੇ ਰੱਖੋ ਤਾਂ ਉਹਨੂੰ ਨਹੀਂ ਪਤਾ ਹੁੰਦਾ ਕਿ ਇਹ ਇਸ਼ਾਰਾ ਕਰਦਾ ਹੈ, ਇਹ ਇਸ਼ਾਰਾ ਕਰਦਾ ਹੈ। ਤੁਸੀਂ ਗੈਸ ਕਰੋ, 30 ਸਾਲ ਹੋ ਗਏ ਮੈਨੂੰ ਇੱਥੇ ਗੱਡੀ ਚਲਾਉਂਦੇ ਆ ਜੀ, ਪੂਰੇ ਪਾਕਿਸਤਾਨ 'ਚ ਮੈਂ ਗੱਡੀ ਚਲਾਈ ਜੀ, ਮੈਂ ਦੁਬਈ ਗਿਆ, ਮੈਂ ਲਾਇਸੈਂਸ ਅਪਲਾਈ ਕੀਤਾ ਜੀ, 4, 5, 6, 8, 10 ਕਲਾਸਾਂ ਹੁੰਦੀਆਂ ਨੇ ਪਹਿਲੇ, ਰਹਿਸਲ ਜਿਹਨੂੰ ਕਹਿੰਦੇ ਵੈਸੇ, ਟਰਾਈ ਜੀ, ਉਹ ਇੱਕ ਟੀਚਰ ਸਾ ਹੁੰਦੇ ਨੇ ਨਾਲ ਜਿਹੜੇ ਸਮਝਾਉਂਦੇ ਨੇ, ਉਸ ਤੋਂ ਬਾਅਦ ਤੁਹਾਡਾ ਇੱਕ ਫਾਈਨਲ ਟੈਸਟ ਹੁੰਦਾ, ਉਹ ਉੱਥੇ ਦੇ ਮੁਕਾਮੀ ਅਰਬੀ ਜਿਹੜੇ ਨੇ ਉਹ ਨਾਲ ਬੈਠੇ ਹੁੰਦੇ ਜੀ। 30 ਸਾਲ ਮੈਂ ਇੱਥੇ ਗੱਡੀ ਚਲਾਈ, ਗੈਸ ਕਰੋ ਕਿ ਮੈਂ 9ਵੀਂ ਵਾਰੀ ਪਾਸ ਹੋ ਗਿਆ ਹੋਵਾਂਗਾ ਲਾਇਸੈਂਸ, ਯਾਨੀ ਕਿ ਮੈਨੂੰ ਮਿਲ ਗਿਆ ਹੋਏਗਾ 9ਵੀਂ ਵਾਰੀ 'ਚ? ਮੇਰਾ ਤਾਂ ਖਿਆਲ ਹੈ ਮਿਲੇ ਹੀ ਨਹੀਂ ਹੋਣਾ ਜੀ, ਕਿਉਂਕਿ ਤੁਸੀਂ ਫਿਰ ਆ ਕੇ ਇੱਥੇ ਚਲਾਉਂਦੇ ਹੋ। ਤੁਸੀਂ ਮੇਰੇ ਦੁੱਖ ਦੇ ਲਾਇਸੈਂਸ 'ਤੇ ਪੈਰ ਰੱਖ ਦਿੱਤਾ, ਬਿਲਕੁਲ ਸਰ, 6 ਵਾਰੀ ਫੇਲ ਹੋ ਗਿਆ ਜੀ, ਔਰ ਉਹਦੀ ਸਭ ਤੋਂ ਵੱਡੀ ਵਜ੍ਹਾ ਇਹ ਆ, ਜਿਹੜਾ ਸਾਡਾ ਪੈਰ ਹੁੰਦਾ ਨਾ, ਅਸੀਂ ਕਹਿੰਦੇ ਯਾਰ ਇਹਦਾ ਪੈਰ ਬਹੁਤ ਮਾੜਾ ਗੱਡੀ ਚਲਾਉਂਦੇ ਜੀ, ਬਿਲਕੁਲ ਸਰ, ਉਹ ਸਾਡਾ ਪਾਕਿਸਤਾਨੀ ਹੈ, ਉਹ ਪਾਕਿਸਤਾਨੀ ਸਪੀਡ ਜ਼ਿਆਦਾ ਕਰਦੇ ਆ ਨਾ ਸਾਰਾ, ਸਾਨੂੰ ਉੱਥੇ ਹੁਣ ਖਾਲੀ ਰੋਡ ਆ, ਉਹ ਕਹਿੰਦੇ ਖਾਲੀ ਹੈ ਭਾਵੇਂ ਨਹੀਂ ਖਾਲੀ, ਫੋਲੋ ਕਰਨਾ ਸਰ। ਮੈਂ ਇੰਨੇ ਟੈਸਟ ਦਿੱਤੇ ਨੇ, ਮੇਰਾ ਉਹ ਜਿਹੜਾ ਨਾ, ਉਹ ਮੈਨੂੰ ਆਪਣਾ ਘਰ ਲੱਗਣ ਲੱਗ ਪਿਆ, ਉਦਾਰਾ ਮੈਨੂੰ ਡਰ ਲੱਗ, ਮੈਨੂੰ ਲੱਗਦਾ ਜਿੱਦਣ ਮੈਂ ਪਾਸ ਹੋ ਗਿਆ ਨਾ, ਸਾਰਿਆਂ ਨੂੰ ਤੇ ਦਾਸ ਹੋ ਜਾਣਾ ਕਿ ਯਾਰ ਇਹਨੇ ਹੁਣ ਆਉਣਾ ਹੀ ਨਹੀਂ, ਯਕੀਨ ਕਰੋ। ਅਤੇ ਬਹਰਹਾਲ ਸਰ, ਸਾਡਾ ਵੀ ਇਹ ਹੈ ਕਿ ਸਿਸਟਮ ਦੁਆ ਹੈ, ਅਤੇ ਲੇਕਿਨ ਜਦੋਂ ਅਸੀਂ ਤਾਂ ਪਾਕਿਸਤਾਨ ਉਤਰੀ ਦਾ ਜੀ, ਬਈ ਜਿੱਦਣ ਨੂੰ ਮਰਜ਼ੀ ਮੋੜ ਲਓ, ਕੋਈ ਭਾਰ ਨਹੀਂ। ਸਾਡਾ ਕਸ਼ਮੀਰ ਪੁਲ ਤੁਸੀਂ ਦੇਖਿਆ ਸਰ? ਹਾਂਜੀ, ਉਹ ਨਹਿਰ 'ਤੇ। ਤੁਹਾਨੂੰ ਕਿੰਨੇ ਦਿਨ ਹੋਏ ਨੇ ਇੱਥੇ ਜੁਆਇਨਿੰਗ? ਮਹੀਨਾ ਹੋ ਗਿਆ, ਮਹੀਨਾ ਹੋ ਗਿਆ, ਤੁਸੀਂ ਮਤਲਬ ਵਿਜ਼ਿਟ ਕਰਦੇ ਹੋਗੇ ਕਸ਼ਮੀਰ ਪੁਲ? ਦੇਖਿਆ ਜੀ, ਦੇਖਿਆ। ਉਹਦਾ ਕੁਛ ਕਰ ਦਿਓ ਸਰ, ਮੈਂ ਤੁਹਾਨੂੰ ਸਹੀ ਦੱਸਾਂ। ਅੱਛਾ, ਉਹਦਾ ਮੈਂ ਤੁਹਾਡੇ ਨਾਲ ਹਾਂ, ਕਿਉਂਕਿ ਤੁਸੀਂ ਉਹਦੇ ਉੱਪਰ ਖੜੇ ਹੋ, ਉਹਦੀ ਕੋਈ ਪਲੇਸਿੰਗ ਲੋਕੇਸ਼ਨ ਕੋਈ ਐਸੀ ਹੈ 24 ਘੰਟੇ ਉਹਦੇ 'ਚ ਮਤਲਬ ਹੁੰਦੀ ਹੈ, ਯਾਨੀ ਅਗਰ ਉਹਨੂੰ ਕੀ ਉਹਨੂੰ ਕਹਿੰਦੇ ਨੇ ਯਾਰ, 24 ਘੰਟੇ ਨਾ ਵਨਵੇ, ਅਗਰ ਵਨਵੇ ਸੜਕ ਹੈ ਨਾ ਤੇ ਉਧਰੋਂ ਵੀ ਲੋਕ ਆ ਰਹੇ। ਹਾਂਜੀ, ਯਾਨੀ ਰਸਤਾ ਹੀ ਉਹ ਬਣ ਗਿਆ। ਅਸੀਂ ਬਲਕਿ ਉਹ ਸਕੂਲ ਦੇ ਟਾਈਮ 'ਚ ਉੱਥੇ ਈਟਨ ਰੋਡ 'ਤੇ ਜ਼ਿਆਦਾ ਰਸ਼ ਹੁੰਦਾ ਨਾ, ਤੇ ਉਹ ਬੈਰੀਅਰ ਲਾ ਕੇ ਫਿਰ ਉਹਨੂੰ ਉੱਤੋਂ ਪੁਲ ਤੋਂ ਬੰਦ ਕਰ ਦਿੰਦੇ ਸਰ। ਉਹਦਾ ਕੋਈ ਉਹਦਾ ਜਿਹੜਾ ਅਦਾਰਾ ਹੁੰਦਾ ਜਿਹੜੇ ਇਹ ਸੜਕਾਂ ਰੋਡ ਬਣਾਉਂਦੇ ਨੇ ਜੀ, ਉਹਨੂੰ ਕੋਈ ਸਿੱਧਾ ਪੱਧਰਾ ਨਹੀਂ ਕਰ ਸਕਦੇ ਉਹ ਸਰ। ਉਹਨਾਂ ਨਾਲ ਮੀਟਿੰਗ ਵੀ ਕੀਤੀ ਹੈ, ਉਹ ਅੱਗੋਂ ਮਤਲਬ ਹੋਰ ਵੀ ਮਿਸਾਇਲ ਨੇ ਨਾ, ਵੇਖੋ ਇੱਕ ਕੈਨਾਲ ਸੜਕ 'ਤੇ ਸਿਗਨਲ ਫਰੀ ਰੋਡ ਬਣ ਗਈ, ਠੀਕ ਹੈ, ਅੱਗੇ ਆ ਗਿਆ ਜੀ ਹੈ ਅੰਡਰ ਪਾਸ ਹੈ, ਇੱਥੋਂ ਤੁਸੀਂ ਟਰਨ ਕਰਨਾ, ਉਹ ਵੀ ਉੱਥੇ ਚੱਲਦੀ ਪਈ ਹੈ ਫਾਸਟ ਲੇਨ, ਅਤੇ ਪੁਰਾਣੇ ਪੁਲ ਵੀ ਨਾਲ ਹੀ ਚੱਲਦੇ ਨੇ ਪਏ। ਹੁਣ ਇੱਕ ਬੰਦਾ ਸਿਗਨਲ ਫਰੀ ਜਾ ਰਿਹਾ, ਇਹ ਜਿਹੜਾ ਨਾਦਰੀਨ ਹੈ ਜਿਹੜਾ ਹੈ ਨਾ, ਇਹਦੀ ਕਿੱਥੇ ਤਰਬੀਅਤ ਹੋਣੀ? ਲਾਇਸੈਂਸ ਮੈਂ ਲੈ ਲਿਆ, ਮੇਰੇ ਕੋਲ ਗੱਡੀ ਹੈਗੀ, ਮੇਰੇ ਕੋਲ ਕਾਗਜ਼ ਹੈਗੇ, ਉਹ ਉੱਥੇ ਯੂ ਟਰਨ ਆ,
ਉਹ ਜਿਹੜਾ ਮਤਲਬ ਇੰਜ ਕਰਕੇ ਮੈਂ ਆਉਣਾ ਅਤੇ ਇੰਜ ਮੈਂ ਸਾਹਮਣੇ ਚੱਲ, ਨਹੀਂ ਇਹ ਰੋਡ ਖਾਲੀ ਆ, ਕੋਈ ਨਹੀਂ ਆ ਰਿਹਾ, ਠੈਪ। ਯਾਨੀ ਇਹ ਕਿੰਨੇ ਸਾਨੂੰ ਤਰਬੀਅਤ ਦੇਣੀ, ਮੈਨੂੰ ਇਹ ਨਹੀਂ ਸਮਝ ਆਉਂਦੀ। ਇਹ ਕਿਸੇ ਨੇ ਨਹੀਂ ਦੇਣੀ। ਇਹ ਦੋ ਤਰੀਕੇ ਨੇ, ਜਾਂ ਤਾਂ ਛੈਂਟਾ ਉੱਥੇ ਫੜਿਆ ਹੋਵੇ ਕਿਸੇ ਨੇ ਕਿ ਵੀ ਇੱਕ ਤੁਸੀਂ ਅਗਰ ਫੜੇ ਗਏ। ਅੱਛਾ ਸਰ, ਇੱਕ ਤਾਂ ਇੱਥੇ ਜੁਰਮਾਨੇ ਬਹੁਤ ਘੱਟ ਨੇ, ਤੁਸੀਂ ਦੇਖੋ ਦੁਬਈ 3,000 ਦਿਰਮ, 2,000 ਦਿਰਮ, ਪਾਕਿਸਤਾਨੀ 1,00,000, 1.5 ਲੱਖ, 2 ਲੱਖ, 50-50 ਲੱਖ ਤੱਕ ਵੀ ਜੁਰਮਾਨਾ ਹੈਗਾ ਦੁਬਈ 'ਚ। ਤੁਸੀਂ ਇਹ ਦੱਸੋ ਕਿ ਪਾਕਿਸਤਾਨ 'ਚ ਕਿਉਂ ਇੰਨੇ, ਇੱਕ ਬੰਦਾ 500 ਰੁਪਏ ਜੁਰਮਾਨਾ। ਇਹ ਵੀ ਹੁਣ ਇਨਕਰੀਜ਼ ਕੀਤੇ ਨੇ ਹੈਲਮਟ। ਹੁਣ ਹੈਲਮਟ ਵੇਖੋ ਨਾ, ਇੱਕ ਬੰਦਾ ਨਹੀਂ ਪਾਉਂਦਾ, ਉਹਦਾ ਸਿਰਫ ਪਾਉਣ ਵਾਲੇ ਨੁਕਸਾਨ ਹੈ। ਜਿਹਨੇ ਹੈਲਮਟ ਪਹਿਨੇ ਆਇਆ ਕਿ ਉਹ ਡਿੱਗੇਗਾ ਖੁਦਾ ਨਾ ਖਾਸਾ, ਤਾਂ ਉਹਨੂੰ ਹੈੱਡ ਇੰਜਰੀ ਨਹੀਂ ਹੋਏਗੀ। ਅਤੇ ਉਹਦਾ ਗੌਰਮੈਂਟ ਬਲਕਿ 2,000 ਜੁਰਮਾਨਾ ਹੁਣ ਕੀਤਾ ਕਿ ਲੋਕ ਪਾਬੰਦ ਹੋਣ ਕਿ ਇਹ ਇਸਤੇਮਾਲ ਕਰਨ। ਇਹ ਮੋਟਰਵੇ 'ਤੇ ਤੁਸੀਂ ਦੇਖੋ, ਉੱਥੇ ਓਵਰ ਸਪੀਡਿੰਗ 'ਤੇ 7,500 ਜੁਰਮਾਨਾ ਹੋ ਗਿਆ। ਉਹੀ ਡਰਾਈਵਰ ਜਿਹੜਾ ਮੋਟਰਵੇ ਦੇ ਉੱਤੇ ਚਲਾਉਣ ਡਿਆ, ਉਹ ਲੇਨ ਦੀ ਵੀ ਪਾਬੰਦੀ ਕਰਦਾ, ਦਰਮਿਆਨ ਵਾਲੀ ਲੇਨ 'ਚ ਰਹਿੰਦਾ, ਸੀਟ ਬੈਲਟ ਵੀ ਪਾਉਂਦਾ। ਉਹ ਜਦੋਂ ਮੋਟਰਵੇ ਤੋਂ ਉਤਰਦਾ, ਉਹ ਸਭ ਤੋਂ ਪਹਿਲੇ ਸੀਟ ਬੈਲਟ ਖੋਲ੍ਹਦਾ ਅਤੇ ਉਹ ਲੇਨ ਦੀ ਵਾਇਲੇਸ਼ਨ ਸ਼ੁਰੂ। ਹਾਲਾਂਕਿ ਅਸੀਂ ਵੇਖਣਾ ਚਾਹੀਦਾ ਕਿ ਜੁਰਮਾਨੇ ਦੀ ਵਜ੍ਹਾ ਤੋਂ ਨਹੀਂ, ਆਪਣੀ ਸੇਫਟੀ ਵਾਸਤੇ ਗੱਡੀ ਨੂੰ ਬਿਹਤਰ ਚਲਾਈਏ। ਕੋਈ ਭਾਰ ਨਹੀਂ ਸਰ ਜੀ, ਸਾਨੂੰ ਅਸੀਂ ਅੱਲਾਹ ਤਵੱਕਲ ਟੈਪ ਸਿਸਟਮ, ਜਿਹੜੀ ਰਾਤ ਕਵਰ 'ਚ ਆਉਣੀ ਉਹ ਬਾਹਰ ਨਹੀਂ ਆਉਣੀ, ਸਾਡਾ ਇਹ ਨਜ਼ਰੀਆ ਵਾ। ਨਹੀਂ, ਲੇਕਿਨ ਉਹ ਉਹਦੇ 'ਚ ਜਿਹੜਾ ਨਾ ਟ੍ਰੈਫਿਕ ਐਜੂਕੇਸ਼ਨ ਸਿਲੇਬਸ 'ਚ ਕੁਛ ਚੀਜ਼ਾਂ ਸ਼ਾਮਿਲ ਹੋਣ। ਸਰ, ਤੁਸੀਂ ਇੱਕ ਦਿਨ ਕਰਨ ਨਾਲ, ਇੱਕ ਦਿਨ ਲਈ ਤੁਸੀਂ ਮੈਨੂੰ ਨਹੀਂ ਬਣਾ ਸਕਦੇ ਜ਼ਰਾ ਫੈਸਲਾਬਾਦ ਦਾ? ਜ਼ਰਾ ਸਰ ਮੈਨੂੰ ਸਾਰੇ ਇਖਤਿਆਰ ਦੇ ਦਿਓ, ਮੈਂ ਵੇਖਣ ਇਹਨਾਂ ਦਾ ਹੱਲ ਕੀ ਕਰਨਾ। ਉਹਨੇ 1,00,000 ਰੁਪਏ ਜੁਰਮਾਨਾ ਕਰਨਾ, ਇਹ ਮੋਟਰਸਾਈਕਲ ਵੇਚ ਕੇ ਉਹਦੇ 'ਚ ਹੋਰ 30,000 ਪਾ ਕੇ ਜੁਰਮਾਨਾ ਦੇਣਾ। ਤੁਹਾਨੂੰ ਪਤਾ ਦੁਬਈ ਦੇ ਵਿੱਚ ਇਸ ਤਰ੍ਹਾਂ ਹੀ ਹੈ ਸਰ। ਸਾਡੇ ਇੱਥੇ ਕੋਈ ਚੱਕਰ ਨਹੀਂ, ਸਾਡੇ ਇੱਥੇ ਮੌਜ ਵੀ ਇਹਨੂੰ ਤੁਸੀਂ ਕਹਿ ਸਕਦੇ ਹੋ, ਲੇਕਿਨ ਸਰ ਇਸ ਇੱਥੇ ਸਾਡੀ ਜਾਨ ਵੀ ਹਥੇਲੀ 'ਤੇ ਵੀ ਕਹਿ ਸਕਦੇ। ਸਾਡੇ ਸਰ ਇਹ ਵੀ ਹੈ ਨਾ ਕਿ ਉਹਨਾਂ ਨੂੰ ਦੱਸਿਆ ਵੀ ਤਾਂ ਨਾ ਜਾਂਦਾ, ਕਿਸੇ ਸਿਲੇਬਸ 'ਚ ਨਹੀਂ, ਕਿਸੇ ਜਗ੍ਹਾ 'ਤੇ ਸਾਰਿਆਂ ਨੂੰ ਪਤਾ ਸਰ। ਸਾਰੇ ਮੈਨੂੰ ਨਹੀਂ ਪਤਾ ਕਿ ਯਾਰ ਵਗੈਰਾ, ਦੇਖੋ ਮੈਨੂੰ ਨਹੀਂ ਪਤਾ ਕਿ ਇਹ ਰੋਡ ਸਿਰਫ ਜਾਣ ਵਾਲਾ ਵਾ ਜੀ, ਅਤੇ ਮੈਂ ਉੱਧਰੋਂ ਆਉਣਾ ਨਹੀਂ, ਲੇਕਿਨ ਮੈਨੂੰ ਪਤਾ ਸ਼ਾਰਟਕੱਟ। ਹੁਣ ਮੈਨੂੰ ਇਹ ਕਿਸੇ ਨੇ ਦੱਸਣਾ ਤਾਂ ਨਹੀਂ, ਮੈਨੂੰ ਪਤਾ, ਲੇਕਿਨ ਮੈਂ ਫਿਰ ਆ ਰਿਹਾ। ਇਹੀ ਤਾਂ ਕਹਿ ਰਿਹਾ, ਇਹ ਕਿੱਦਾਂ ਸਿੱਧਾ ਕਰੋਗੇ ਨਾਦਰੀਆਂ ਦਾ? ਸਾਡਾ ਦਿਮਾਗ ਖਰਾਬ ਹੋ ਜਾਣਾ, ਇਹਦਾ ਹੱਲ ਨਹੀਂ ਹੋਣਾ ਚਾਹੀਦਾ। ਇਹ ਅੱਲਾ ਹੀ ਆ ਕੋਈ ਕਰਮ ਕਰੇ। ਅੱਛਾ ਸਰ, ਮੇਰੇ ਕੋਲ ਲਾਇਸੈਂਸ ਹੈਗਾ। ਅੱਛਾ, ਪਹਿਲਾਂ ਤਾਂ ਮੈਨੂੰ ਇੰਟਰਨੈਸ਼ਨਲ ਕਰ ਦਿਓ, ਮਿਹਰਬਾਨੀ ਕਰੋ ਜੀ। ਠੀਕ, ਲੀਗਲ ਅੱਛੇ ਤਰੀਕੇ ਨਾਲ, ਮਤਲਬ ਕੋਈ ਸਿਫਾਰਿਸ਼ ਨਹੀਂ, ਜਿੱਦਾਂ ਵੀ ਪ੍ਰੋਸੀਜਰ ਹੈ ਨਾ ਉਹ ਮੈਂ ਕਰ ਦਿਆਂ। ਉੱਥੇ ਉਹਦੇ 'ਚ ਰਾਈਟ ਹੈ, ਮਤਲਬ ਅਗਰ ਤੁਹਾਡੇ ਕੋਲ ਵੀਜ਼ਾ ਹੈ ਅਤੇ ਨਾਲ ਉਹ ਬਾਹਰ ਜਾਣ ਦਾ ਸਬੂਤ ਹੈ, ਤਾਂ ਤੁਸੀਂ ਉਹਨਾਂ ਦੀ ਕਰਾ ਸਕਦੇ ਹੋ। ਲੋ ਡਨ ਸਰ, ਉਹ ਸਿਰਫ ਤੁਸੀਂ ਬੱਬਤ ਕਰ ਦਿਓ। ਅਤੇ ਨਾਦਰੀਨ, ਹੁਣ ਅਸੀਂ ਚੱਲੇ ਬਾਹਰ, ਹੁਣ ਜਿਹੜੀ ਸ਼ਰਤ ਲੱਗੀ ਨਾ ਰੋਡ 'ਤੇ, ਜ਼ਰਾ ਜਾ ਕੇ ਲੋਕਾਂ ਦਾ ਹਿਸਾਬ ਕਿਤਾਬ ਲਾਉਂਦੇ ਹਾਂ ਕਿ ਕੀ ਕਰਦੇ, ਦੇਖਣਾ ਕੈਸੇ ਕੈਸੇ ਮਜ਼ੇਦਾਰ ਜੀ ਮਿਲਦੇ ਸਾਨੂੰ। ਸਰ ਬਹੁਤ ਸ਼ੁਕਰੀਆ, ਥੈਂਕ ਯੂ ਸਰ। ਅੱਲਾਹ ਪਾਕ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਔਰ ਇਸ ਤਰ੍ਹਾਂ ਹੀ ਇਮਾਨਦਾਰੀ ਦੇ ਨਾਲ ਸਾਰਾ ਪਾਕਿਸਤਾਨ ਆਪਣਾ ਆਪਣਾ ਕੰਮ ਕਰਦਾ ਰਹੇ, ਇਨਸ਼ਾਅੱਲਾ ਅੱਲਾਹ ਪਾਕ ਬਰਕਤ ਜ਼ਰੂਰ ਪਾਏਗਾ ਸਰ। ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਸਰ। ਥੈਂਕ ਯੂ ਵੈਰੀ ਮਚ ਸਰ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਸਰ, ਥੈਂਕ ਯੂ। ਇਹਨੂੰ ਅਗਰ ਟੱਚ ਹੋ ਗਿਆ ਤਾਂ ਕੀ ਹੈ ਜੀ? ਨਹੀਂ, ਇਹਨੂੰ ਟੱਚ ਹੋ ਗਿਆ ਤੇ ਤੁਸੀਂ ਇੱਕ ਤਾਂ ਫੇਲ ਹੋ ਜਾਓਗੇ, ਇੱਕ ਸਾਲ ਲਈ ਬੈਨ, ਇੱਕ ਸਾਲ ਲਈ ਦੁਬਾਰਾ ਲਾਇਸੈਂਸ ਤੁਸੀਂ ਅਪਲਾਈ ਨਹੀਂ ਕਰ ਸਕਦੇ। ਤੁਸੀਂ ਸਿੱਧੀ ਫਾਂਸੀ ਰੱਖ ਲਓ।